सतनाम श्री वाहे गुरु साहिब जी ओख तुखा न बियपई कंठ मिलिया हर न हो मन विद्या चरनार बिंद दर्शन लगना सहो पोख तुखा न बियपई कंठ मिलिया हर न हो मन विद्या चरनार बिंद दर्शन लगड़ा साहो ओट गोविंद गोपाल राय सेवा स्वामी लाहो बिकिया पोहे न सकई मिल साधु गुण गाहो जह ते उपजी तह मिली सच्ची प्रीत समाह कर गहलिनी पार ब्रह्म बहुर न बिछड़िया हो बार जाऊं लख बेरिया हर सज्जन अगम अगाहो शरण पई नारायण नानक दर पैया होख सुहंदा सर्व सुख जिस बख्शे बेपरवाह शरण पई नारायण नानक दर पैया हो ओख सुहंदा सर्व सुख जिस बख्शे बेपरवाह सत्कार जो गुरु प्यारे साध संगत जी पोदा महीना आरंभ होया है सबना नू खुशियां भरिया पता बतीत होए वाहिगुरु जी का खालसा वाहिगुरु जी की फतेह ਅੱਜ ਗੋਦਾ ਸ਼੍ਰੀ ਬਾਬਾ ਮਤੀ ਵਿਖੇ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਅੱਜ ਪੋਹ ਮਹੀਨਾ ਚੜ੍ਹਿਆ ਹੈ ਸਭ ਸੰਗਤਾਂ ਨੂੰ ਪੋਹ ਮਹੀਨੇ ਦਿਆ ਖੁਸ਼ੀਆਂ ਪ੍ਰਾਪਤੀ ਹੋਏ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੋਲੀ ਕਲਾਂ ਦੇ ਗੋਦਾ ਸ਼੍ਰੀ ਬਾਬਾ ਮਤੀ ਜੀ ਵਿਖੇ ਪੋਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ ਆਲੇ ਦੁਆਲੇ ਇਲਾਕੇ ਦੀਆਂ ਸੰਗਤਾਂ ਹੁੰਮ ਹੁੰਮਾ ਕੇ ਸ਼ਾਮਿਲ ਹੋਈਆਂ ਇਸ ਵਿੱਚ ਸਵੇਰ ਤੋਂ ਹੀ ਗੁਰਬਾਣੀ ਦਾ ਮਨੋਹਰ ਕੀਰਤਨ ਜਾਰੀ ਰਿਹਾ ਜਿਸ ਵਿੱਚ ਹਜੂਰੀ ਰਾਗੀ ਸ੍ਰੀ ਦਰਬਾਰ ਅੰਮ੍ਰਿਤਸਰ ਜੀ ਦੇ ਅਤੇ ਢਾਡੀ ਜਥਾ ਜਿਨ੍ਹਾਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਾਰਾਂ ਸੁਣਾ ਕੇ ਸੰਗਤਾਂ ਨਿਹਾਲ ਕੀਤਾ ਇਸ ਤੋਂ ਬਿਨਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਹੈਗੇ ਸੀ ਵਿਚਾਰ ਕਥਾ ਵਾਚਕਾਂ ਦੇ ਦੁਆਰਾ ਸਿੱਖ ਧਰਮ ਦੇ ਸੰਬੰਧੀ ਬਿਆਨ ਕੀਤੇ ਗਏ
ਤੇ ਸੰਗਤਾਂ ਹੁਮਾ ਹੁਮਾ ਕੇ ਸ਼ਾਮਲ ਹੋਈਆਂ। ਆਖਿਰ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਘਰ ਦਾ ਲੰਗਰ ਵਰਤਾਇਆ ਗਿਆ। ਸੰਗਤਾਂ ਜਿਹੜੀਆਂ ਹੁਮਾ ਹੁਮਾ ਕੇ ਗੁਰਬਾਣੀ ਕੀਰਤਨ ਸਰਪਣ ਤੋਂ ਕਰਨ ਤੋਂ ਬਾਅਦ ਲੰਗਰ ਛਕ ਕੇ ਆਪੋ ਆਪਣੇ ਘਰਾਂ ਨੂੰ ਗਈਆਂ। ਇਸ ਪਵਿੱਤਰ ਦਿਹਾੜੇ ਦੇ ਉੱਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਮਨੋਹਰ ਸਿੰਘ ਜੀ ਨੇ ਸੰਗਤਾਂ ਦਾ ਕੋਟ ਕੋਟ ਧੰਨਵਾਦ ਕੀਤਾ ਜੀ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।